ਆਪਣੇ ਹੀ ਜੀਜੇ ਨੂੰ ਜਿਉਂਦਾ ਸਾੜਨ ਵਾਲੇ ਸਾਲੇ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਰੁੱਸੀ ਹੋਈ ਪਤਨੀ ਨੂੰ ਲੈਣ ਦੇ ਲਈ ਇੱਕ ਵਿਅਕਤੀ ਜਦੋਂ ਆਪਣੇ ਸਹੁਰੇ ਘਰ ਜਾਂਦਾ ਹੈ ਤਾਂ ਉੱਥੇ ਗੁੱਸੇ ਦੇ ਵਿੱਚ ਆਏ ਸਾਲੇ ਦੇ ਵੱਲੋਂ ਤੇਲ ਪਾ ਕੇ ਆਪਣੇ ਹੀ ਜੀਜੇ ਨੂੰ ਫੂਕ ਦਿੱਤਾ ਜਾਂਦਾ ਹੈ। ਹਾਲਾਂਕਿ ਜੀਜਾ ਜਦੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਉੱਥੇ ਉਸਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਉਸਦੇ ਸਾਲੇ ਅਤੇ ਸੱਸ ਨੇ ਮਿਲ ਕੇ ਉਸ ਨੂੰ ਅੱਗ ਲਾਈ ਹੈ। ਤਾਂ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਰਕਾਰੀ ਅਧਿਆਪਕ ਜਦੋਂ ਆਪਣੀ ਰੁੱਸੀ ਹੋਈ ਪਤਨੀ ਨੂੰ ਲੈਣ ਦੇ ਲਈ ਸਹੁਰੇ ਘਰ ਜਾਂਦਾ ਹੈ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ। ਹਾਲਾਂਕਿ ਡੇਢ ਮਹੀਨੇ ਤੋਂ ਕਿਹਾ ਜਾ ਰਿਹਾ ਕਿ ਪਤਨੀ ਆਪਣੇ ਪੇਕਿਆਂ ਦੇ ਵਿੱਚ ਸੀ ਅਤੇ ਜੋ ਜਵਾਈ ਹੈ ਉਹ ਆਪਣੀ ਰੁੱਸੀ ਹੋਈ ਪਤਨੀ ਨੂੰ ਲੈਣ ਦੇ ਲਈ ਜਾਂ ਸਹੁਰੇ ਘਰ ਜਾਂਦਾ ਤਾਂ ਉੱਥੇ ਸਾਲਾ ਅਤੇ ਸੱਸ ਦੋਵੇਂ ਮਿਲ ਕੇ ਜਵਾਈ ਨੂੰ ਹੀ ਅੱਗ ਲਾ ਦਿੰਦੇ ਨੇ। ਹਾਲਾਂਕਿ ਜਿਸ ਦੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਹੈ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਪੁਲਿਸ ਦੇ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਸਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਾਲੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜੋ ਪਤਨੀ ਸੀ ਉਹ ਆਪਣੇ ਪਤੀ ਦੇ ਉੱਤੇ ਕਿਸੇ ਔਰਤ ਦੇ ਨਾਲ ਨਜਾਇਜ਼ ਸੰਬੰਧ ਹੋਣ ਦਾ ਸ਼ੱਕ ਕਰਦੀ ਸੀ, ਜਿਸ ਤੋਂ ਬਾਅਦ ਉਹ ਦੁਖੀ ਹੋ ਕੇ ਇੱਥੋਂ ਚਲੀ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਪਤੀ ਜਦੋਂ ਉਸ ਨੂੰ ਲੈਣ ਦੇ ਲਈ ਪਹੁੰਚਦਾ ਹੈ ਤਾਂ ਗੁੱਸੇ ਦੇ ਵਿੱਚ ਆਏ ਸਾਲੇ ਦੇ ਵੱਲੋਂ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਹਾਲਾਂਕਿ ਪਤੀ ਦੇ ਵੱਲੋਂ ਉਸ ਸਮੇਂ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਉਸਦੀ ਪਤਨੀ ਜੋ ਹੈ ਉਸ ਨੂੰ ਉਸਦੀ ਸਰਕਾਰੀ ਨੌਕਰੀ ਖੋਣ ਦੀਆਂ ਧਮਕੀਆਂ ਵੀ ਦਿੰਦੀ ਹੈ, ਪਰਚੇ ਪਾਉਣ ਦੀ ਧਮਕੀ ਦਿੰਦੀ ਹੈ, ਜਿਸ ਤੋਂ ਬਾਅਦ ਉਹ ਮਨਾਉਣ ਦੇ ਲਈ ਜਦ ਪਹੁੰਚਦਾ ਹੈ ਤਾਂ ਉੱਥੇ ਸਾਲਾ ਜੋ ਹੈ ਉਸ ਨੂੰ ਅੱਗ ਲਾ ਦਿੰਦਾ ਹੈ। ਜੋ ਕੱਲ੍ਹ ਸਾਡੇ ਥਾਣੇ ਖੂਹੀ ਖੇੜੇ ਵਿੱਚ ਇਤਲਾਹ ਸੀ, ਫਰੀਦਕੋਟ ਤੋਂ ਇੱਕ ਵਿਅਕਤੀ ਅੱਗ ਲੱਗਣ ਕਰਕੇ ਦਾਖਲ ਹੋ ਚੁੱਕਿਆ। SHO ਥਾਣਾ ਖੂਹੀ ਖੇੜੇ ਨੇ ਫਰੀਦਕੋਟ ਹਸਪਤਾਲ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਜੱਜ ਸਾਹਿਬ ਦੇ ਵੱਲੋਂ ਉਸ ਵਿਅਕਤੀ ਦਾ ਬਿਆਨ ਲਿਖਿਆ। ਸੋ ਬਿਆਨ ਦੇ ਆਧਾਰ 'ਤੇ ਥਾਣਾ ਖੂਹੀ ਖੇੜੇ ਵੇਖਿਆ ਸੀ, 56 ਨੰਬਰ FIR ਦਰਜ ਕੀਤੀ ਗਈ ਸੀ। ਉਹਦੇ ਵਿੱਚ ਜੋ ਉਸ ਵਿਅਕਤੀ ਨੇ ਜਿਹਦੇ ਅੱਗ ਲੱਗੀ ਸੀ ਉਹਨੇ ਬਿਆਨ ਦਿੱਤਾ, ਉਹਦੇ ਵਿੱਚ ਉਹਦਾ ਮੇਨ ਦੋਸ਼ੀ ਸੱਕਾ ਸਾਲਾ ਉਹ ਅਸੀਂ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਇਹਨੂੰ। ਐਕਚੁਅਲੀ ਜੋ ਮੁੱਢਲੇ ਤੌਰ 'ਤੇ ਪਤਾ ਲੱਗਾ ਹੈਗਾ ਵੀ ਜਿਹੜਾ ਟੀਚਰ ਹੈਗਾ ਉਹਦੀ ਵਾਈਫ ਵੀ ਟੀਚਰ ਹੈਗੀ ਹੈ, ਦੋਨਾਂ ਦਾ ਆਪਸ ਵਿੱਚ ਕਾਫੀ ਸਮੇਂ ਤੋਂ ਡਿਸਪੂਟ ਚੱਲਦਾ ਸੀ। ਟੀਚਰ ਜਿਹਦੀ ਮਤਲਬ ਘਰ ਵਾਲੀ ਹੈਗੀ ਇਸ ਵਿਅਕਤੀ 'ਤੇ ਸ਼ੱਕ ਕਰਦੀ ਸੀ ਵੀ ਇਹ ਕਿਸੇ ਹੋਰ ਲੜਕੀ ਨਾਲ ਨਜਾਇਜ਼ ਸੰਬੰਧ ਨੇ। ਹਾਲ ਦੀ ਖੜੀ ਉਹਦੀ ਹੁਣੀ ਅਸੀਂ ਅਰੈਸਟ ਪਾਈ ਹੈਗੀ, ਫਰਦਰ ਅਸੀਂ ਪੁੱਛ ਕਰ ਰਹੇ, ਬਾਕੀ ਰਿਮਾਂਡ ਲੈ ਕੇ ਦਗਾਈ ਨਾਲ ਪੁੱਛ ਕਰਾਂਗੇ ਵੀ ਅੱਗ ਲਾਉਣ ਦਾ ਕਾਰਨ ਕੀ ਸੀ। ਇਹ ਗੌਰਮੈਂਟ ਪ੍ਰਾਇਮਰੀ ਸਕੂਲ ਜਿਹੜਾ ਵਿਅਕਤੀ ਜੋ ਜਲਿਆ ਹੈਗਾ ਉਹ ਨਿਆਲਖੇੜੇ ਪਿੰਡ ਵਿੱਚ ਸਰਕਾਰੀ ਟੀਚਰ ਲੱਗਿਆ ਹੋਇਆ। ਜਦੋਂ ਸਾਡੇ ਵੱਲੋਂ ਤਫਤੀਸ਼ ਅਮਲ 'ਚ ਡੰਗਾਈ ਨਾਲ ਤਫਤੀਸ਼ ਅਮਲ ਲਿਆਉਂਦੀ, ਜੋ ਤੱਥ ਨੇ ਸਾਰੇ ਉਹਨਾਂ ਨੂੰ ਤਫਤੀਸ਼ ਦੇ ਦੌਰਾਨ ਵਿਚਾਰਿਆ ਜਾਏਗਾ। ਹਾਲ ਦੀ ਕੜੀ ਜਿਹੜਾ ਮੇਨ ਦੋਸ਼ੀ ਸੀ, ਜਿਸ ਮੇਨ ਦੋਸ਼ੀ ਤੋਂ ਉਹਨੇ ਫੋਰਸ ਕੀਤਾ ਸੀ ਵੀ ਇਸ ਵਿਅਕਤੀ ਦਾ ਸਾਰਾ ਕਸੂਰ ਹੈਗਾ, ਉਹ ਅਸੀਂ 24 ਘੰਟੇ ਦੇ ਅੰਦਰ ਅੰਦਰ ਅਸੀਂ ਗ੍ਰਿਫਤਾਰ ਕਰ ਲਿਆ। ਉਹਦੇ ਵਿੱਚ ਹੋਰ ਚਾਰ ਉਹਨੇ ਜਿਹੜਾ ਬੰਦਾ ਦਾਖਲ ਹੋਇਆ ਸੀ ਉਹ 4 ਵਿਅਕਤੀਆਂ ਨੇ ਹੋਰ ਨਾਲ ਲਿਖਾਏ। ਉਹਦੇ ਵਿੱਚ ਉਹਦੀ ਵਾਈਫ ਹੈਗੀ, ਉਹਦੀ ਸੱਸ ਹੈਗੀ, ਉਸ 'ਤੇ ਮਤਲਬ ਦੋ ਮਤਲਬ ਵੀ ਲੜਕੀ ਦੇ ਜਿਹੜੀ ਮਤਲਬ ਉਹਦੀ ਵਾਈਫ, ਉਹਦੇ ਦੋ ਮਾਮਿਆਂ ਦੇ ਨਾਲ ਲਿਖਾਏ ਆ। ਉਹ ਵਿਅਕਤੀ ਜਲਿਆ ਹੈਗਾ ਉਹ ਸਰਕਾਰੀ ਪ੍ਰਾਇਮਰੀ ਸਕੂਲ ਹੈਗਾ ਆਪਣਾ ਨਿਆਲਖੇੜੇ, ਉੱਥੇ ਟੀਚਰ ਲੱਗਾ ਸੀ, ਉਹਦੀ ਵਾਈਫ ਵੀ ਸਰਕਾਰੀ ਵਾਸਤੇ ਕਲਾ ਟੀਚਰ ਲੱਗੀ ਹੈ।